ਤਕਰੀਬਨ ਘੰਟਾ ਪਹਿਲਾਂ ਹੀ ਆਸਪਾਸ ਹੁੰਦਾ ਹੈ। ਘੰਟਾ ਪਹਿਲਾਂ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜੋ ਕਿ ਮੈਂ ਮੌਕੇ 'ਤੇ ਪਹੁੰਚਿਆ। ਇੱਥੇ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਆ ਗਏ ਜੀ, ਸਾਡੇ ਮੁਲਾਜ਼ਮਾਂ ਨੇ ਰਲ ਕੇ ਅੱਗ ਬੁਝਾਈ ਹੈ। ਅਤੇ ਕਾਰਨ ਇਹਦਾ ਜੋ ਮੈਂ ਇਨਵੈਸਟੀਗੇਸ਼ਨ ਕੀਤਾ ਮੌਕੇ 'ਤੇ ਜਾ ਕੇ ਵੀ, ਤਾਰ ਨੂੰ ਜੋ ਤਾਰ ਬਿਜਲੀ ਠੀਕ ਕਰ ਰਹੇ ਸੀ, ਇਹਦਾ ਘਾਹ ਸੁੱਕਾ ਸੀ, ਤਾਰ ਤੋਂ ਸਪਾਰਕ ਹੋਇਆ, ਘਾਹ ਦੇ ਟਾਇਰ ਮੱਕ ਲੱਗਣ ਤੋਂ ਬਾਅਦ ਬਾਹਰ ਅੱਗ ਲੱਗੀ ਆ। ਇਹਦੇ ਨਾਲ ਕੁਛ ਮੋਟਰਸਾਈਕਲ ਅਤੇ ਕੁਛ ਕਾਰਾਂ ਸਾਡੀਆਂ ਸੜੀ ਗਈਆਂ। ਜਦੋਂ ਵੀ ਅਸੀਂ ਸਾਫ਼ ਸਾਫ਼ ਕਰ ਰਹੇ ਹਾਂ, ਪ੍ਰੋਪਰਲੀ ਚੈੱਕ ਕਰ ਰਹੇ ਹਾਂ ਵੀ ਅੱਗ ਲੱਗੀ ਕਿੱਦਾਂ, ਜੋ ਮੁੱਢਲੀ ਜਾਣਕਾਰੀ ਇਹੀ ਮਿਲ ਗਈ ਵੀ ਤਾਰ ਸਪਾਰਕ ਕਰਾਉਣਾ ਸੀ, ਪਰ ਫਿਰ ਵੀ ਅਸੀਂ ਡੂੰਘੇ ਤੌਰ 'ਤੇ ਡੂੰਘੀ ਡਗਾਈ ਨਾਲ ਇਹਦੀ ਤਫਤੀਸ਼ ਕਰਾਂਗੇ। ਕੋਈ ਗਲਤੀ ਹੋਈ ਸੀ ਉਹਦੀ ਖਿਲਾਫ਼ ਕਾਰਵਾਈ ਕਰਾਂਗੇ।